지금까지. ਦਿਨ ਸ਼ੁੱਕਰਵਾਰ ਅਤੇ 22 ਤਰੀਕ ਆ, ਫਿਲਮ ਰਿਲੀਜ਼ ਹੋ ਗਈ ਜੀ ਸੰਗਰਾਂਦ। ਟ੍ਰੇਲਰ ਵੀ ਵੇਖਿਆ, ਕਮਾਲ ਦਾ ਟ੍ਰੇਲਰ ਆ। ਮੁੱਖ ਭੂਮਿਕਾ ਦੇ ਵਿੱਚ ਗੈਵੀ ਚਾਹਲ ਅਤੇ ਸ਼ਰਨ ਕੌਰ ਹੋਰੀ ਸਾਨੂੰ ਨਜ਼ਰ ਆਉਣਗੇ, ਅਤੇ ਟ੍ਰੇਲਰ ਬਹੁਤ ਖਾਸ ਆ, ਬਹੁਤ ਕਮਾਲ ਦਾ ਐਕਸ਼ਨ ਵੀ ਨਜ਼ਰ ਆਏਗਾ ਟ੍ਰੇਲਰ ਤੋਂ, ਇਹ ਅਨੁਮਾਨ ਆ ਸਾਨੂੰ। ਜ਼ਿਆਦਾ ਸਮਾਂ ਨਹੀਂ ਲਵਾਂਗੇ ਆਪਾਂ, ਫਿਲਮ ਵੇਖ ਆਈਏ, ਅਤੇ ਫਿਲਮ ਵੇਖਣ ਤੋਂ ਬਾਅਦ ਆਪਾਂ ਸਟਾਰਕਾਸਟ ਨਾਲ ਗੱਲਾਂ ਬਾਤਾਂ ਕਰਾਂਗੇ, ਅਤੇ ਤੁਹਾਡੇ ਤੱਕ ਆਪਾਂ ਸੁਨੇਹਾ ਲਾਉਣਾ ਕਿ ਫਿਲਮ ਕਿਹੋ ਜਿਹੀ ਆ। ਬਣੇ ਰਹੋ ਮੇਰੇ ਨਾਲ, ਆਓ ਚੱਲੀਏ। ਬਿਲਕੁਲ ਜੀ, ਬਹੁਤ ਵਧੀਆ, ਬਹੁਤ ਵਧੀਆ। ਜਿੰਨਾ ਅਸੀਂ ਮਿਹਨਤ ਨਾਲ ਕੰਮ ਕੀਤਾ ਹੈਗਾ ਪਿਛਲੇ 8 ਮਹੀਨਿਆਂ ਤੋਂ ਲੱਗੇ ਹੋਏ ਹਾਂ, ਤਾਂ ਜਦੋਂ ਲੋਕਾਂ ਦੇ ਉਹਨਾਂ ਨੇ ਕਬੂਲ ਕਰ ਲਿਆ ਸਾਡੇ ਪ੍ਰੋਜੈਕਟ ਨੂੰ, ਬਹੁਤ ਖੁਸ਼ੀ ਹੈ। ਮੇਰੇ ਲਈ ਤਾਂ ਵੈਸੇ ਹਮੇਸ਼ਾ ਹੀ ਐਕਸਾਈਟਡ ਰਹਿੰਦਾ, ਔਰ ਇਹਦੇ ਲਈ ਜਿਹੜਾ ਮੈਂ ਕਰੈਕਟਰ ਪਲੇ ਕਰ ਰਹੀ ਹਾਂ, ਬਿਕੋਜ਼ ਲਾਸਟ ਟਾਈਮ ਜਿੱਦਾਂ ਚਿੜੀਆਂ ਦਾ ਚੰਬਾ ਸੀਗੀ ਜਾਂ ਮੇਰੀ ਡਰਾਮੇ ਵਾਲੇ ਸੀ, ਮੈਂ ਡਿਫਰੈਂਟ ਕੈਰੈਕਟਰ ਪਲੇ ਕੀਤਾ, ਇਹਦੇ ਵਿੱਚ ਮੈਂ ਆਪਣੇ ਤੋਂ ਆਪੋਜ਼ਿਟ ਕੀਤਾ, ਬਟ ਇੱਕ ਬਹੁਤ ਵਧੀਆ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ, ਕਿਉਂਕਿ ਹਮੇਸ਼ਾ ਪ੍ਰੈਫਰ ਕਰਦੀ ਹਾਂ ਕਿ ਆਪਣੀ ਪੰਜਾਬੀ ਇੰਡਸਟਰੀ 'ਚ ਆਪਣੀ ਪੰਜਾਬੀ ਆਡੀਅੰਸ ਨੂੰ ਜਿੰਨਾ ਵਧੀਆ ਕੰਟੈਂਟ ਔਰ ਮੈਸੇਜ ਦੇ ਸਕੀਏ। ਸੋ ਫੁੱਲ ਔਨ ਐਕਸ਼ਨ ਹੈ, ਰੋਮੈਂਸ ਹੈ, ਰਿਸ਼ਤਿਆਂ ਦੀ ਵੈਲਿਊ ਬਾਰੇ ਗੱਲ ਕੀਤੀ ਗਈ ਹੈ, ਔਰ ਜਿਹਨਾਂ ਨੂੰ ਸੰਗਰਾਂਦ ਦਾ ਮਤਲਬ ਨਹੀਂ ਪਤਾ ਉਹ ਵੀ ਪਤਾ ਚੱਲ ਜਾਏਗਾ। ਸੋ ਅੱਜ ਯਾਨੀ ਕਿ 22 ਮਾਰਚ ਨੂੰ ਆਲਰੇਡੀ ਮੂਵੀ ਰਿਲੀਜ਼ ਹੋ ਚੁੱਕੀ ਹੈ, ਸੋ ਪਲੀਜ਼ ਗਾਇਸ, ਤੁਸੀਂ ਜਾ ਕੇ ਨੀਅਰੈਸਟ ਥੀਏਟਰ 'ਚ ਆਪਣੇ ਰਿਵਿਊਜ਼ ਦਿਓ ਔਰ ਸਾਨੂੰ ਸਪੋਰਟ ਕਰੋ। ਥੈਂਕ ਯੂ, ਥੈਂਕ ਯੂ। ਬਹੁਤ ਅੱਛਾ ਲੱਗ ਰਿਹਾ ਜੀ, ਸਾਡੀ ਸਾਰੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ, ਅਤੇ ਬੇਸਿਕਲੀ ਇਸ ਪਿਕਚਰ ਦੇ ਵਿੱਚ ਇੱਕ ਮੈਸੇਜ ਹੈ ਵੀ ਸਾਨੂੰ ਦੁਸ਼ਮਣੀਆਂ ਭੁਲਾ ਕੇ ਅਤੇ ਨਵੀਂ ਸੰਗਰਾਂਦ ਹਰ ਰੋਜ਼ ਚਲਾਉਣੀ ਚਾਹੀਦੀ ਹੈ, ਤਾਂ ਕਿ ਹਰ ਘਰ 'ਚ ਖੁਸ਼ੀਆਂ ਖੇੜੇ ਵਸਣ, ਅਤੇ ਸਾਰੀ ਦੁਨੀਆਂ ਦੇ ਵਿੱਚ ਇਹ ਮੈਸੇਜ ਜਾਵੇ ਵੀ ਦੁਸ਼ਮਣੀ ਬਹੁਤ ਬੁਰੀ ਚੀਜ਼ ਹੈ, ਮਾਫ਼ ਕਰ ਦੇਣਾ ਚਾਹੀਦਾ ਅਤੇ ਮਾਫ਼ੀ ਮੰਗ ਲੈਣੀ ਚਾਹੀਦੀ। ਥੈਂਕ ਯੂ। ਥੈਂਕ ਯੂ। ਬਹੁਤ ਬਹੁਤ ਕਮਾਲ, ਬਹੁਤ ਕਮਾਲ, ਔਰ ਬਹੁਤ ਅੱਛੀ ਫਿਲਮ ਆ। ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਇਸ ਫਿਲਮ ਦਾ ਪਾਰਟ ਹੋ ਕੇ, ਬਹੁਤ ਕਮਾਲ ਆ, ਸਭ ਕੁਛ ਬਹੁਤ ਅੱਛਾ, ਔਰ ਬਹੁਤ ਚਿਰ ਬਾਅਦ ਬਹੁਤ ਅੱਛੀ ਫਿਲਮ ਦੇਖੀ ਆ, ਬਹੁਤ ਕਮਾਲ ਆ, ਕਮਾਲ। ਬਹੁਤ ਸੋਹਣੀ ਐਂਡ। ਯੈਸ, ਯੂ ਡਿਜ਼ਰਵ ਕਲੈਪ। ਥੈਂਕ ਯੂ। ਤੁਸੀਂ ਮੂਵੀ ਦੇਖੀ ਹੈ ਨਾ? ਅਮੇਜ਼ਿੰਗ ਐਕਟਰ ਐਂਡ ਮਾਈ ਕੈਰੈਕਟਰ ਦੀ ਐਕਸ਼ਨ ਜ਼ਬਰਦਸਤ। ਥੈਂਕ ਯੂ ਜੀ। ਸੋ ਸਟੋਰੀ ਵੀ ਬਹੁਤ ਬੇਸਿਕ। ਥੈਂਕ ਯੂ ਜੀ, ਥੈਂਕ ਯੂ। ਭਾਵਨਾਵਾਂ ਤਾਂ ਜੀ ਦੇਖੋ, ਅਸੀਂ ਤਾਂ ਆਪਣੀ ਮਿਹਨਤ ਨਾਲ ਕੰਮ ਕੀਤਾ ਅਤੇ ਮੈਨੂੰ ਆਪਣਾ ਕੰਮ ਪਸੰਦ ਆਇਆ ਸਾਰਿਆਂ ਦਾ, ਮੈਨੂੰ ਟੀਮ ਵਰਕ ਹੈ ਜੀ, ਹਰ ਇੱਕ ਨੇ ਜਿੱਥੇ ਜਿੱਥੇ ਜਿਹਦਾ ਰੋਲ ਸੀਗਾ ਸਾਰਿਆਂ ਨੇ ਵਧੀਆ ਕੀਤਾ।
ਇੰਦਰ ਇਹਨਾਂ ਨੇ ਬਹੁਤ ਸੋਹਣੀ ਕਹਾਣੀ ਲਿਖੀ, ਡਾਇਰੈਕਸ਼ਨ ਸੁਪਰ, ਬਾਕੀ ਡੈਪਟੀ ਸਾਰੇ ਡੀਓਪੀ ਸਾਹਿਬ ਰਜਿੰਦਰ ਭਾਈ ਜੀ, ਜਿੰਨੇ ਵੀ ਸਾਡੇ ਟੀਮ ਮੈਂਬਰ ਨੇ ਤੁਸੀਂ ਸਾਰਿਆਂ ਨੇ ਕੰਮ ਦੇਖ ਲਿਆ ਜੀ, ਤਾਂ ਮੈਨੂੰ ਲੱਗਦਾ ਹਰ ਇੱਕ ਨੇ ਆਪਣੇ ਕੰਮ ਦੇ ਨਾਲ ਨਿਆਂ ਕੀਤਾ ਹੈਗਾ, ਬਾਕੀ ਲੋਕਾਂ ਨੇ ਜਿੰਨਾ ਪਿਆਰ ਦਿੱਤਾ ਜੀ, ਜਿਹੜੀ ਗੱਲਾਂ ਉਹਨਾਂ ਨੇ ਕਹੀਆਂ ਉਹਦੇ ਕਰਕੇ ਲੱਗਿਆ ਕਿ ਬਾਕੀ ਜਿਹੜੀ ਅਸੀਂ ਮਿਹਨਤ ਕੀਤੀ ਜੀ ਸਫਲ ਹੋਈ। ਥੈਂਕ ਯੂ ਜੀ ਸਾਰਿਆਂ ਦਾ। ਬਿਲਕੁਲ ਜੀ, ਟੀਮ ਬਿਲਕੁਲ ਜੀ, ਟੀਮ ਅਫੋਰਡ ਹੈ ਜੀ, ਸਾਰਿਆਂ ਨੇ ਬਹੁਤ ਅੱਛਾ ਕੰਮ ਕੀਤਾ, ਸੋ ਜੇ ਸਾਰਿਆਂ ਨੇ ਉਸ ਤਰੀਕੇ ਨਾਲ ਪਰਫੋਰਮ ਨਾ ਕੀਤਾ ਤਾਂ ਸ਼ਾਇਦ ਪੋਰਟਰੇ ਨਹੀਂ ਹੋ ਪਾਉਂਦੀ ਸਟੋਰੀ। ਬਹੁਤ ਮਾਈਨਿਊਟ ਜਿਹੜੇ ਇਮੋਸ਼ਨ ਦੇਵੀ ਭਾਈ ਨੇ ਬਹੁਤ ਸੋਹਣੇ ਨਾਲ ਨਿਭਾਇਆ ਕਰੈਕਟਰ ਆਪਣਾ। ਮੇਰਾ ਰੀਜ਼ਨ ਇਸ ਮੂਵੀ ਦਾ ਹਿੱਸਾ ਬਣਨ ਦਾ ਨਾ ਇੰਦਰਪਾਲ ਜੀ ਨੇ, ਬਿਕੋਜ਼ ਸ਼ਰੀਕ 2 ਇਹਨਾਂ ਨੇ ਲਿਖੀ ਸੀ, ਤੇ ਇੱਧਰ ਆ ਜਾਓ ਨਹੀਂ ਪਰ ਉਹ ਲੜਦੇ ਇੱਥੇ ਆ ਜਾਓ ਇੱਥੇ ਆਓ ਪਹਿਲੇ ਆਪ ਕਰਨਾ ਬੋਲੇ ਵਿੱਚ ਇੰਟਰਵਿਊ ਤੇ ਇੰਦਰਪਾਲ ਜੀ ਸ਼ਰੀਕ 2 ਦੇ ਰਾਈਟਰਸ ਜਦੋਂ ਮੇਰੇ ਨਾਲ ਲਿਖੀ ਸੀ ਤੇ ਮੈਂ ਇਸ ਮੂਵੀ ਦਾ ਹਿੱਸਾ ਇੰਨਾ ਕਰਕੇ ਆ, ਸੋ ਥੈਂਕ ਯੂ ਸੋ ਮਚ ਕਿ ਮੈਨੂੰ ਇਹਦਾ ਹਿੱਸਾ ਬਣਾਇਆ ਔਰ ਅੱਜ ਮੈਂ ਇੱਥੇ ਖੜੀ ਆ, ਤੇ ਬਹੁਤ ਬਹੁਤ ਥੈਂਕ ਯੂ ਸੀ। ਥੈਂਕ ਯੂ ਤੁਹਾਡਾ ਵੀ, ਬਹੁਤ ਬਹੁਤ ਥੈਂਕ ਯੂ। ਐਕਚੁਅਲੀ ਤੁਸੀਂ ਫਿਲਮਾਂ ਪਹਿਲਾਂ ਵੀ ਦੇਖੀਆਂ ਹੈਗੀਆਂ, ਸਾਰਾ ਕੁਛ ਹੈ, ਉਹਦੇ ਬਾਅਦ ਅੱਗੇ ਵੀ ਦੇਖਦੇ ਰਹੋਗੇ, ਲੇਕਿਨ ਇਸ ਤਰ੍ਹਾਂ ਦੀਆਂ ਫਿਲਮਾਂ ਤੁਹਾਨੂੰ ਰੇਅਰ ਮਿਲਣਗੀਆਂ, ਬਹੁਤ ਘੱਟ ਮਿਲਣਗੀਆਂ, ਜਿਹਦੇ ਵਿੱਚ ਇਹ ਹਰ ਚੀਜ਼ ਹੋਵੇ, ਕੰਪਲੀਟ ਫਿਲਮ, ਕੰਪਲੀਟ ਸਟੋਰੀ, ਔਰ ਉਹਨਾਂ ਨੇ ਜਿਹੜੇ ਨੂੰ ਜੋ ਕਿਰਦਾਰ ਚਾਹੀਦਾ ਸੀ ਉਹਨਾਂ ਨੇ ਉਸੇ ਨੂੰ ਲਿਆ, ਇਹ ਨਹੀਂ ਕਿ ਪਕੜ ਪਕੜ ਕੇ ਖੜੇ ਕਰ ਦਿੱਤੇ ਹੈ, ਹਰ ਉਹ ਬੰਦਾ ਲਿਆ ਕਿ ਜਿਹੜਾ ਉਸ ਕਹਾਣੀ ਦੇ ਵਿੱਚ ਫਿੱਟ ਬੈਠਦਾ ਸੀ, ਇਹ ਤਾਂ ਤੁਸੀਂ ਮੰਨਦੇ ਹੋ, ਔਰ ਇਹਨਾਂ ਨੇ ਪੂਰਾ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਸਾਬਿਤ ਕਰ ਦਿੱਤਾ ਹੈ ਕਿ ਵੀ ਇਸ ਤਰ੍ਹਾਂ ਦੀ ਫਿਲਮ ਵੀ ਇੱਕ ਡਾਇਰੈਕਟਰ ਬਣਾ ਸਕਦਾ ਹੈ, ਕਿਉਂਕਿ ਹੀ ਇਜ਼ ਹਿਮਸੈਲਫ ਵੈਰੀ ਗੁੱਡ ਰਾਈਟਰ ਆਲਸੋ, ਔਰ ਉਹਨਾਂ ਨੇ ਫਿਰ ਮਿਹਨਤਾਂ, ਹੀਰੋ ਹੀਰੋਇਨ ਦੀਆਂ ਮਿਹਨਤਾਂ ਆਪਣੀਆਂ, ਵੈਸੇ ਸਾਰੇ ਕਿਰਦਾਰਾਂ ਨੂੰ ਉਹਨਾਂ ਨੇ ਬੜੀ ਨਾਈਸਲੀ ਪਰੋਇਆ, ਸੋ ਤੁਹਾਡੇ ਜ਼ਰੀਏ ਅਸੀਂ ਚਾਹਾਂਗੇ ਕਿ ਤੁਸੀਂ ਇੱਕ ਨਾਈਸ ਮੈਸੇਜ ਦਿਓ ਆਡੀਅੰਸ ਨੂੰ, ਦਰਸ਼ਕਾਂ ਨੂੰ, ਕਿ ਇਹੋ ਜਿਹੀਆਂ ਫਿਲਮਾਂ ਨੂੰ ਆ ਕੇ ਦੇਖਣ ਔਰ ਐਪਰੀਸ਼ੀਏਟ ਕਰਨ ਔਰ ਅੱਗੇ ਵੀ ਦੂਸਰਿਆਂ ਨੂੰ ਦੱਸਣ, ਔਰ ਤਾਂ ਕਿ ਇਹ ਅੱਗੇ ਨੂੰ ਹੋਰ ਵਧੀਆ ਫਿਲਮਾਂ ਬਣਾਉਣ ਦੀ ਕੋਸ਼ਿਸ਼ ਕਰਨ। ਥੈਂਕ ਯੂ ਵੈਰੀ ਮੱਚ। ਰਵੀ ਜੀ ਦਾ ਸਭ ਤੋਂ ਪਹਿਲਾਂ ਤੇ ਹਾਲ ਪੁੱਛੋ, ਬਿਕੋਜ਼ ਜਿਹੜਾ ਮਹੱਲਾ ਗਾਣਾ ਸੀ ਨਾ, ਜਦੋਂ ਫਾਈਟ ਸੀਨ ਚੱਲ ਰਹੀ, ਰੀਅਲ ਚ ਇਹਨਾਂ ਦੇ ਸੱਟ ਲੱਗੀ ਆ ਔਰ 6 ਮੰਥ ਹੋ ਗਏ ਸਟਿਲ ਰਿਕਵਰੀ ਚੱਲ ਰਹੀ ਹੈ। 7 ਮਹੀਨੇ ਹੋ ਗਏ, ਬਟ ਫਿਲਮ ਦੇਖ ਕੇ ਨਾ ਫਿਲਮ ਨੇ ਭੁੱਲ ਗਿਆ, ਸਾਰਾ ਕੁਝ ਭੁੱਲ ਗਿਆ, ਸੱਚੀ ਕਹਿਣਾ ਮੈਂ ਬਾਈ, ਇੱਕ ਤਾਂ ਭਰਾ ਦੀ ਮੈਂ ਟੋਟਲੀ ਟਰਾਂਸਫਾਰਮੇਸ਼ਨ ਦੇਖੀ ਆ, ਸਾਹਮਣੇ ਇੰਨਾ ਸਾਰੇ ਕਹਿੰਦੇ ਨਹੀਂ ਨਹੀਂ ਮੈਂ ਇੱਧਰ ਗੱਲ ਕਰੂੰਗਾ ਪਹਿਲਾਂ ਤੁਹਾਡੀ, ਤੇ ਮਾਹੌਲ ਦੇ ਅੰਦਰ ਬੈਠੇ ਸਵਾਦ ਆ ਗਿਆ, ਬਾਕੀ ਇਹ ਵੀ ਸੇਮ ਹੈ। ਕੀ ਬਾਤ ਹੈ। ਅੱਛਾ, ਵੈਸੇ ਵੀ ਇਹ ਪਹਿਲੀ ਵਾਰ ਆ ਵੀ ਇੱਕ ਮਹੀਨੇ ਦੇ ਵਿੱਚ 2 ਸੰਗਰਾਂਦ ਆਉਣ, ਇੱਕ ਹੁਣ ਪਹਿਲਾਂ ਲੰਘ ਕੇ ਗਈ ਹੈ, ਇੱਕ ਅੱਜ ਦੂਜੀ ਹੈ। ਬਾਈ ਮਾਰਚ ਇੱਕ ਮਹੀਨੇ 'ਚ 2 ਸੰਗਰਾਂਦ, ਇਹ ਪਹਿਲੀ ਵਾਰ ਹੋਇਆ ਜੀ। ਦੇਖੋ ਇਹ ਤੁਹਾਡੇ 'ਤੇ ਹੈ ਜੀ, ਜੇ ਹੁਣ ਸਹੀ ਰਿਵਿਊਜ਼ ਜਿਹੜੇ ਹੈਗੇ ਨੇ ਲੋਕਾਂ ਤੱਕ ਤੁਸੀਂ ਪਹੁੰਚਾ ਦਿਓਗੇ, ਕਿਉਂਕਿ ਮੀਡੀਆ ਹੀ ਇੱਕ ਇਹੋ ਜਿਹੀ ਚੀਜ਼ ਹੈਗੀ ਜੀ ਜਿਹਦੇ ਜ਼ਰੀਏ ਸਹੀ ਗੱਲ ਲੋਕਾਂ ਤੱਕ ਪਹੁੰਚਦੀ ਹੈ, ਹੁਣ ਤੁਸੀਂ ਜੇ ਵਾਕਈ ਓਨੈਸਟਲੀ ਫਿਲਮ ਨੂੰ ਇੰਜੋਏ ਕੀਤਾ ਜੀ, ਤਾਂ ਬਿਲਕੁਲ ਸਹੀ ਰਿਵਿਊਜ਼ ਦਿਓ,
ਤਾਂ ਕਿ ਉਹਨੂੰ ਵੱਧ ਤੋਂ ਵੱਧ ਉਹ ਫੈਲਣ ਅਤੇ ਲੋਕਾਂ ਤੱਕ ਇਹ ਮੈਸੇਜ ਪਹੁੰਚੇ ਕਿ ਅਸੀਂ ਇੱਕ ਚੰਗੀ ਫਿਲਮ ਬਣਾਈ ਹੈ। ਤੁਹਾਨੂੰ ਵਧੀਆ ਲੱਗੀ ਤਾਂ ਤੁਸੀਂ ਹੋਰ ਅੱਗੇ ਦੱਸਿਓ ਜੀ, ਇੱਦਾਂ ਹੀ ਮਾਊਥ ਪਬਲਿਸਿਟੀ ਦੇ ਨਾਲ ਚੇਨ ਬਣਦੀ ਹੈਗੀ ਆ, ਤਾਂ ਕਿ ਇੱਕ ਚੰਗੀ ਫਿਲਮ ਲੋਕਾਂ ਦੇ ਨਾਂ ਦੇਖਣ ਤੋਂ ਵਾਂਝੇ ਨਾ ਰਹੇ, ਜੇ ਸਾਰੇ ਜਾਣ ਆਪਣੇ ਪਰਿਵਾਰ ਦੇ ਨਾਲ ਇਸ ਫਿਲਮ ਨੂੰ ਇੰਜੋਏ ਕਰਨ, ਕਿਉਂਕਿ ਸਾਡੇ ਕਲਚਰ ਵੀ ਦਰਸਾਉਂਦੀ ਆ, ਰਿਸ਼ਤਿਆਂ ਦੀ ਅਹਿਮੀਅਤ ਦੱਸਦੀ ਫਿਲਮ ਆ, ਸਾਡੀ ਪੰਜਾਬੀਅਤ ਨੂੰ ਸਾਡੇ ਵਿਰਸੇ ਨੂੰ ਦੱਸਦੀ ਫਿਲਮ ਹੈ। ਸੋ ਸਾਡਾ ਫਰਜ਼ ਹੈ ਜੀ ਕਿ ਅਸੀਂ ਇੱਕ ਦੂਜੇ ਨੂੰ ਦੱਸੀਏ, ਜੇ ਤੁਹਾਨੂੰ ਫਿਲਮ ਪਸੰਦ ਆਈ ਤਾਂ ਚੱਕਰ ਕੀ ਹੈ, ਮੈਂ ਗਣੇਸ਼ ਨਾਲ ਕਿਹਾ ਵੀ ਉਹਨੂੰ, ਪਰ ਫਿਲਮ ਦੇਖ ਕੇ ਕਲੀਅਰ ਹੋ ਗਿਆ ਕਿ ਬਣਦਾ ਸੀ ਯਾਰ, ਫਿਲਮ ਦੇਖ ਕੇ ਪਤਾ ਲੱਗਿਆ। ਕੋਈ ਨੀ, ਸੰਗਰਾਂਦ 2 ਆਊਗੀ, ਜੇ ਆਡੀਅੰਸ ਪਿਆਰ ਦਊਗੀ ਸੰਗਰਾਂਦ 2 ਚ, ਮੈਂ ਹੀ ਗੱਲ ਚੱਕੂਗੀ ਸਭ ਤੋਂ ਪਹਿਲਾਂ। ਨਹੀਂ ਬਿਲਕੁਲ ਜੀ, ਸਾਡਾ ਮਤਲਬ ਵੀ ਜਦੋਂ ਇਹਨਾਂ ਦਾ ਨਾਮ ਪਹਿਲੀ ਵਾਰੀ ਆਇਆ ਸੀਗਾ, ਵੀ ਜਦੋਂ ਕਾਸਟਿੰਗ ਹੋ ਰਹੀ ਸੀਗੀ, ਜਦੋਂ ਇੰਦਰ ਇਹਨਾਂ ਨੇ ਦੱਸਿਆ, ਨਾਲ ਦੀ ਨਾਲ ਹੀ ਅਸੀਂ ਯੈਸ ਕਰਤਾ ਸੀਗਾ ਕਿ ਹਾਂਜੀ ਜਿੱਦਾਂ ਦੇ ਕਿਰਦਾਰ ਦੀ ਜ਼ਰੂਰਤ ਹੈਗੀ ਹੈ, ਵੀ ਸ਼ਰਨ ਪਰਫੈਕਟ ਨੇ ਉਹਦੇ ਲਈ, ਅਤੇ ਬਾਕੀ ਇੱਕ ਐਕਟਰ ਦੀ ਇਹੀ ਖੂਬੀ ਹੁੰਦੀ ਹੈ ਜੀ, ਜੇ ਸਾਡੀ ਕੈਮਿਸਟਰੀ ਲੋਕਾਂ ਨੂੰ ਪਸੰਦ ਆ ਰਹੀ ਹੈ ਤਾਂ ਇਹਦਾ ਮਤਲਬ ਅਸੀਂ ਆਪਣੇ ਕਿਰਦਾਰਾਂ ਦੇ ਨਾਲ ਨਿਆਂ ਕੀਤਾ ਹੈਗਾ। ਸੋ ਥੈਂਕ ਯੂ ਜੀ ਸਾਰਿਆਂ ਦਾ ਸਾਡੇ ਪੇਅਰ ਨੂੰ ਪਸੰਦ ਕਰਨ ਦੇ ਲਈ, ਅਤੇ ਸਾਹਿਬ ਕੀਰਤ ਤੁਹਾਨੂੰ ਸੰਗਰਾਂਦ ਤੋਂ ਲੈ ਕੇ ਜਲਦੀ ਮਿਲਣਗੇ ਪ੍ਰੋਡਿਊਸਰ ਸਾਹਿਬ ਦੇ ਉੱਤੇ। ਨਹੀਂ, ਮੈਂ ਸਭ ਤੋਂ ਜ਼ਿਆਦਾ ਤਾਂ ਇਹਨਾਂ ਦੀ ਤਾਰੀਫ ਕਰੂੰਗੀ, ਜੋ ਇਹਨਾਂ ਨੇ ਇੱਕ ਤਾਂ ਚੇਂਜ ਓਵਰ 3-4 ਲੁੱਕਸ ਜਿਸ ਪੈਸ਼ਨੇਟ ਨਾਲ ਉਹਨਾਂ ਨੇ ਕਮ ਬੈਕ ਕੀਤਾ ਆ, ਸੱਚੀ ਡਿਜ਼ਰਵ ਕਰਦੇ ਨੇ ਐਪਰੀਸੀਏਸ਼ਨ, ਇੰਨੀ ਮਿਹਨਤ, ਇੰਨੀ ਡੈਡੀਕੇਸ਼ਨ। ਔਰ ਕਾਸ਼ ਮੈਂ ਚਾਹਾਂਗੀ ਮੈਨੂੰ ਵੀ ਕੋਈ ਇੱਦਾਂ ਦਾ ਕੈਰੇਕਟਰ ਮਿਲੇ ਜਿਹਦੇ 'ਚ ਮੈਂ ਟਰਾਂਸਫੋਰਮੇਸ਼ਨ ਆਪਣੇ ਆਪ ਨੂੰ ਕਰ ਸਕਾਂ, ਕਰ ਸਕਦੀ ਹੈ। Yes, I am willing to do it. So, ਬਸ ਸਾਡੀ ਆਡੀਅੰਸ ਸੰਗਰਾਂਦ ਨੂੰ ਪਿਆਰ ਦੇਵੇ, ਤਾਂ ਕਿ ਅਸੀਂ ਹੋਰ ਵੀ ਵਧੀਆ ਵਧੀਆ ਡਿਫਰੈਂਟ ਕੰਟੈਂਟ ਲੈ ਕੇ ਆਈਏ ਅਤੇ ਆਪਣੀ ਆਡੀਅੰਸ ਨੂੰ ਇੰਟਰਟੇਨ ਕਰੀਏ। ਸੋ ਪਲੀਜ਼ ਗਾਇਸ, 22 ਮਾਰਚ ਯਾਨੀ ਕਿ ਅੱਜ ਸੰਗਰਾਂਦ ਰਿਲੀਜ਼ ਹੋ ਚੁੱਕੀ ਹੈ, ਸੋ ਆਪਣੇ ਨੇੜਲੇ ਥੀਏਟਰਸ ਵਿੱਚ ਜਾ ਕੇ ਫੈਮਿਲੀ ਫਰੈਂਡਸ ਨਾਲ ਜਾ ਕੇ ਪਲੀਜ਼ ਜ਼ਰੂਰ ਸਾਨੂੰ ਸਪੋਰਟ ਕਰੋ। ਥੈਂਕ ਯੂ ਸੋ ਮਚ। ਔਰ ਪਰਸਨਲੀ ਮੈਂ ਹਮੇਸ਼ਾ ਕਹਿੰਦੀ ਹਾਂ, ਸਾਡਾ ਮੀਡੀਆ ਪਰਸਨਲੀ ਬਹੁਤ ਸਪੋਰਟ ਕਰਦਾ ਹੈ, ਐਂਡ ਥੈਂਕ ਯੂ ਸੋ ਮਚ ਗਾਇਸ, ਤੁਹਾਡੇ ਬਿਨਾਂ ਆਈ ਥਿੰਕ ਪੋਸੀਬਲ ਹੀ ਨਹੀਂ ਹੈ ਆਰਟਿਸਟ, ਕਿਉਂਕਿ ਤੁਸੀਂ ਹੀ ਸਾਡੀ ਜ਼ਬਾਨ ਆਡੀਅੰਸ ਤੱਕ ਪਹੁੰਚਾਉਂਦੇ ਹੋ। ਸੋ ਥੈਂਕ ਯੂ ਸੋ ਮਚ ਗਾਇਸ, ਥੈਂਕ ਯੂ। ਸੋ ਸਰਦਾਰ ਸੋਹਲੀ ਜੀ ਅੱਜ ਇੱਥੇ ਵੀ ਹੈਗੇ, ਪਰ ਉਹਨਾਂ ਦੀ ਰਿਮਾਰਕੇਬਲ ਪਰਫਾਰਮੈਂਸ ਸੀਗੀ, ਸੋ ਕਹਿੰਦੇ ਕਿ ਸਾਰੇ ਕੋਈ ਕਲੈਪ ਕਰ ਰਹੇ। ਬਿਲਕੁਲ ਜੀ, ਬਿਲਕੁਲ ਜੀ, ਉਹਨਾਂ ਦੇ ਵੀ ਬਹੁਤ, ਸਾਰੇ ਆਰਟਿਸਟ ਆਈ ਥਿੰਕ ਦੇ ਆਰ ਆਲ ਵੈਲ ਪਰਫਾਰਮ ਐਵਰੀਵਨ। ਯੈਸ, ਆਈ ਥਿੰਕ ਜਸਟ ਸਿਸਟਰ ਪਲੇ ਕਰ ਰਹੀ ਸੀ, ਉਹ ਕਿੱਥੇ ਆ? ਕਮਲ ਡਨ ਜੀ, ਵੀ ਆਰ ਡਨ, ਸੋ ਡਨ ਸਿੰਗਲ ਸਿੰਗਲ। ਥੈਂਕ ਯੂ, ਵਧੀਆ ਲੱਗੀ ਨਾ, ਬਸ ਉਹ ਰਿਵਿਊਜ਼ ਤੁਸੀਂ ਆਪਣੇ ਜੈਨੂਇਨ ਜਿੱਦਾਂ ਤੁਹਾਨੂੰ ਲੱਗਦੇ ਤੁਸੀਂ ਆਡੀਅੰਸ ਤੱਕ ਪਹੁੰਚਾ ਦਿਓ, ਦੈਟਸ ਇਟ, ਇੰਨਾ ਹੀ ਸਾਡਾ ਕੰਮ ਆ, ਖਤਮ, ਹੁਣ ਤੁਹਾਡਾ ਸ਼ੁਰੂ ਆ। ਓਕੇ ਜੀ, ਥੈਂਕ
ਥੈਂਕ ਯੂ ਸੋ ਮਚ ਗਾਇਸ ਥੈਂਕ ਯੂ ਥੈਂਕ ਯੂ ਥੈਂਕ ਯੂ ਚਲੋ ਹੁਣ ਫਿਲਹਾਲ ਅਸੀਂ ਫੋਟੋ ਤੋਂ ਫ੍ਰੀ ਹੋ ਗਏ ਤੇ ਹੁਣ ਕਿੱਦਾਂ ਦੀ ਫੀਲਿੰਗ ਕਰ ਲਿਓ ਸਾਹਮਣੇ ਜਲਦੀ ਕਰ ਲੈਂਦੇ ਸਾਹਮਣੇ ਕਰ ਲਿਓ ਫਿਲਮ ਵੇਖ ਕੇ ਆਏ ਤੇ ਸਾਨੂੰ ਤੁਹਾਡਾ ਕੈਰੈਕਟਰ ਬਹੁਤ ਸੋਹਣਾ ਲੱਗਿਆ ਯੈਸ ਮੈਨੂੰ ਲੱਗਿਆ ਕਿ ਮੈਂ ਜਿੰਨਾ ਮਿਲਿਆ ਮੈਂ ਟਰਾਈ ਕੋਸ਼ਿਸ਼ ਕੀਤੀ ਆ ਥੈਂਕ ਯੂ ਸੌਰੀ ਗਾਇਸ ਪਰ ਆਹੀ ਤੇ ਕਮਾਣਾ ਹੁੰਦਾ ਇਹਦੇ ਲਈ ਤੇ ਵੇਟ ਕਰਦੇ ਆ ਨਾ ਆਪਾਂ ਤੇ ਮੈਨੂੰ ਲੱਗਦਾ ਜਿੰਨੀ ਵੀ ਬੀਂਗ ਆਰਟਿਸਟ ਸਾਨੂੰ ਜਿੰਨਾ ਕੈਰੈਕਟਰ ਮਿਲਾ ਉਹਨੂੰ 100% ਤੁਹਾਨੂੰ ਨਿਭਾ ਲੈਣਾ ਚਾਹੀਦਾ ਆ ਅਤੇ ਸਾਡਾ ਮੇਨ ਕੰਮ ਆ ਸਾਡੀ ਆਡੀਅੰਸ ਨੂੰ ਇੰਟਰਟੇਨ ਕਰਨਾ ਸੋ ਆਈ ਹੋਪ ਤੁਸੀਂ ਵੀ ਮੂਵੀ ਦੇਖ ਕੇ ਆਇਓ ਅਤੇ ਕੁਛ ਡਿਫਰੈਂਟ ਹੈ ਕੁਛ ਲੈ ਕੇ ਆਏ ਹਾਂ ਅਤੇ ਬਸ ਹੁਣ ਸਾਡੀ ਆਪਾਂ ਇੰਟਰਵਿਊ ਕਰਦੇ ਹੁੰਦੇ ਤੁਸੀਂ ਕਹਿੰਦੇ ਹੁੰਦੇ ਹੋ ਕਿ ਤੁਹਾਡਾ ਜੌਨਰ ਆ ਵੀ ਤੁਹਾਨੂੰ ਐਕਸ਼ਨ ਕਰਨਾ ਪਸੰਦ ਆ ਨਾ ਤੁਹਾਨੂੰ ਹਰ ਫਿਲਮ 'ਚ ਇੱਦਾਂ ਦਾ ਮੌਕਾ ਮਿਲ ਜਾਂਦਾ ਮੈਨੂੰ ਨਾ ਪਰ ਅੰਦਰ ਵੀ ਸਭ ਆ ਨਹੀਂ ਜਾਣਗੇ ਮੈਨੂੰ ਐਕਸ਼ਨ ਪਸੰਦ ਆ ਐਕਸ਼ਨ ਨਹੀਂ ਪਸੰਦ ਮਤਲਬ ਮੈਨੂੰ ਜ਼ਿਆਦਾ ਪਸੰਦ ਆ ਬਟ ਇਹ ਕਿ ਮੈਨੂੰ ਪਰਫੋਰਮੈਂਸ ਮੈਨੂੰ ਓਰੀਐਂਟਡ ਕੁਛ ਡਿਫਰੈਂਟ ਮਤਲਬ ਹਰ ਵਾਰੀ ਮੈਨੂੰ ਇੱਕ ਸੇਮ ਚੀਜ਼ ਨਾ ਕਰਨ ਨੂੰ ਮਿਲੇ ਮੈਨੂੰ ਕੁਛ ਨਾ ਕੁਛ ਡਿਫਰੈਂਟ ਮਿਲੇ ਕਰਨ ਨੂੰ ਕਰੈਕਟਰ ਨਾਲ ਖੇਡਣ ਦਾ ਮੌਕਾ ਮਿਲਦਾ ਯੈਸ ਹਜੇ ਤਾਂ ਮੈਨੂੰ ਮਿਲਿਆ ਨਹੀਂ ਮੌਕਾ ਪਰ ਮੈਂ ਜ਼ਰੂਰੀ ਜਲਦੀ ਕੋਸ਼ਿਸ਼ ਕਰਾਂਗੀ ਕਿ ਕੁਛ ਲੁਕੋ ਕੇ ਰੱਖਿਆ ਆਪਣੇ 'ਚ ਵੀ ਨਹੀਂ ਯਾਰ ਵੀ ਇੱਦਾਂ ਵੀ ਸ਼ਰਨ ਇੱਦਾਂ ਵੀ ਚਾਹੁੰਦੀ ਆ ਸਾਡੀ ਆਡੀਅੰਸ ਕਰ ਲਏ 2024 ਆਈ ਥਿੰਕ ਸ਼ਰਨ ਕੌਰ ਦਾ ਹੀ ਹੋਊਗਾ ਸੋ ਡੈਫੀਨੇਟਲੀ ਇਸ ਸਾਲ 'ਚ ਕੁਛ ਤਾਂ ਇੱਦਾਂ ਦੇ ਕਰੂੰਗੀ ਕਿ ਆਡੀਅੰਸ ਦੇ ਦਿਲਾਂ 'ਤੇ ਆਪਣੀ ਜਗ੍ਹਾ ਬਣਾ ਲਊਂਗੀ ਯੈਸ ਤੁਹਾਡੀ ਹਰ ਫਿਲਮ ਬਹੁਤ ਚੰਗੀ ਹੁੰਦੀ ਆ ਪਰ ਜੇ ਮੈਂ ਚੁਣਿੰਦੇ ਨਹੀਂ ਗੱਲਾਂ ਤਾਂ ਮੈਨੂੰ ਸ਼ਰੀਕ ਅਤੇ ਉਦੋਂ ਬਾਅਦ ਮੈਨੂੰ ਸੰਗਰਾਂਦ ਤੁਹਾਡਾ ਇੰਨਾ ਕੁ ਤੁਹਾਡਾ ਮੈਨੂੰ ਕਰੈਕਟਰ ਜ਼ਬਰਦਸਤ ਲੱਗਾ ਦੋਵਾਂ ਫਿਲਮਾਂ 'ਚ ਸੱਚ ਪਰ ਮੈਨੂੰ ਚਿੜੀਆਂ ਦੇ ਚੰਬੇ ਮੇਰੇ ਦਿਲ ਦੇ ਬਹੁਤ ਕਰੀਬ ਆ ਬਿਕੋਜ਼ ਉਹ 'ਚ ਅਸੀਂ ਮਿਹਨਤ ਬਹੁਤ ਕੀਤੀ ਆ ਉਹ ਇੱਕ ਐਕਸ਼ਨ ਸੀਗਾ ਉਹ ਵੀ ਡਿਫਰੈਂਟ ਕੰਟੈਂਟ ਸੀਗਾ ਕੋਸ਼ਿਸ਼ ਕੀਤੀ ਇਹ 'ਚ ਸਟਲ ਠਹਿਰਾਵ ਸਾਨੂੰ ਇੱਕ ਆਰਟਿਸਟ ਦੇ ਨਾਲ ਕਨੈਕਟੀਵਿਟੀ ਕਰਨ ਦਾ ਮੌਕਾ ਮਿਲ ਜਾਂਦਾ ਨਾ ਅਤੇ ਇਸ ਕਰਕੇ ਆਈ ਥਿੰਕ ਸ਼ਰੀਕ 2 ਤਾਂ ਮੇਰੀ ਲਾਈਫ ਦੀ ਹੀ ਬੈਸਟ ਰਹੂਗੀ ਜਿਹਦੇ ਕਰਕੇ ਆਡੀਅੰਸ ਤੁਸੀਂ ਸਾਰੇ ਮੈਨੂੰ ਜਾਣਦੇ ਹੋ ਸੋ ਮੈਨੂੰ ਲੱਗਦਾ ਹਜੇ ਸ਼ੁਰੂਆਤ ਹੀ ਕੀਤੀ ਹੈ ਅਤੇ ਬੜੀ ਅੱਗੇ ਜਾਣਾ ਹੈ ਅਤੇ ਬਸ ਤੁਹਾਡੀ ਬਲੈਸਿੰਗਸ ਚਾਹੀਦੀਆਂ ਨੇ ਅਤੇ ਬਹੁਤ ਬਹੁਤ ਵਧੀਆ ਆਪਣੀ ਆਡੀਅੰਸ ਨੂੰ ਇੰਟਰਟੇਨਮੈਂਟ ਕਰਾਂ ਫਿਲਮ ਵੇਖ ਰਹੇ ਸੀਗੇ ਤੁਸੀਂ ਕਿੱਥੇ ਕਿੱਥੇ ਚੀਜ਼ ਲੱਗੀ ਤੁਹਾਨੂੰ ਵੀ ਸ਼ਰਨ ਆਪਣੇ ਆਪ ਨੂੰ ਕਈ ਵਾਰੀ ਸਾਵਾਸੀ ਦਿਨ ਜੀ ਕਹਤਾ ਵੀ ਯਾਰ ਵਾਹ ਵਾਹ ਬਹੁਤ ਲੱਗ ਰਹੀ ਹੈ ਇਹਦੇ ਵਿੱਚ ਮੈਂ ਆਪਣੇ ਸਿਨਮੈਟੋਗ੍ਰਾਫਰ ਜਿਹੜੇ ਨੇ ਸਾਡੇ ਨਹੀਂ ਮੈਂ ਜੋ ਸ਼ੂਟ ਕਰ ਰਹੀ ਸੀ ਮੈਂ ਉਦੋਂ ਹੀ ਕਹਿਤਾ ਸੀਗਾ ਅਤੇ ਬਿਕੋਜ਼ ਇਸ ਤੋਂ ਪਹਿਲਾਂ ਮੈਂ ਸ਼ਰੀਕ 2 ਦੇ ਸਾਡੇ ਸਿਨਮਾ ਹਰਮੀਤ ਜੀ ਉਹਨਾਂ ਦੀ ਤਾਰੀਫ ਬਹੁਤ ਕਰਦੀ ਹਾਂ ਅਤੇ ਇਹ ਸੰਧੂ ਜੀ ਮਤਲਬ ਮਾਇੰਡ ਬਲੋਇੰਗ ਕੰਮ ਕਰਦੇ ਇਹਨਾਂ ਦੇ ਸਿਨਮੈਟਿਕ ਨਾਲ ਹੁੰਦਾ ਕਿ ਸਾਨੂੰ ਮੇਕਅਪ ਨਾ ਵੀ ਹੋਇਆ ਨਾ ਟੈਨਸ਼ਨ ਨਹੀਂ ਹੁੰਦੀ ਬਟ ਰੈਸਟ ਆਫ ਇਹ ਆ ਕਿ ਯੈਸ ਮੈਨੂੰ ਗਨ ਵਾਲਾ ਲੱਗਦਾ ਸੀ ਕਿ ਹੋਰ ਲੰਬਾ ਕਰ ਦੇਣਾ ਚਾਹੀਦਾ ਸੀ ਇਹਨਾਂ ਨੂੰ ਡਾ ਹੀ ਦੇਣਾ ਚਾਹੀਦਾ ਇੱਕ ਅੱਧੇ ਨੂੰ ਮੈਂ ਤਾਂ ਉਹਨੂੰ ਕਿਹਾ ਸੀ ਟ੍ਰੇਲਰ 'ਚ ਪਾ ਦਿਓ ਕਹਿੰਦੇ ਸਰਪ੍ਰਾਈਜ਼ ਰਹਿਣ ਦੇ ਸ਼ਰਨ ਮੈਂ ਕਿਹਾ ਜੇ ਰਹੂਗਾ ਤਾਂ ਪਾ ਦਿਓ ਬਟ ਯੈਸ ਉਹਨੂੰ ਕਿਸੇ ਨੇ ਐਕਸਪੈਕਟ ਨਹੀਂ ਕੀਤਾ ਹੋਊਗਾ ਬਟ ਯੈਸ ਬਹੁਤ ਸਾਰੀਆਂ ਚੀਜ਼ਾਂ ਨੇ ਸਪੈਸ਼ਲੀ ਮੈਂ ਗੈਬੀ ਜੀ ਦੀ ਵੀ ਤਾਰੀਫ ਕਰੂੰਗੀ ਜਿਸ ਹਿਸਾਬ ਨਾਲ ਉਹਨਾਂ ਨੇ ਮਿਹਨਤ ਕੀਤੀ ਆ ਆਪਣੇ ਤਿੰਨਾਂ ਲੁੱਕਾਂ ਨੂੰ ਮੇਨਟੇਨ ਕੀਤਾ ਆ ਬਿਕੋਜ਼ ਉਹਨਾਂ ਨੇ 30-35 ਦਿਨ ਇੱਕ ਹੀ ਮੀਲ ਖਾਧਾ ਸਵੇਰੇ ਸ਼ਾਮੀ ਦੁਪਹਿਰੇ ਕਿ ਇੱਕ ਵੀ ਕੈਲਰੀਜ਼ ਉੱਪਰ ਥੱਲੇ ਨਾ ਉਹ ਤੋਲਣ ਵਾਲਾ ਮੀਟਰ ਜਿਹਾ ਰੱਖਿਆ ਹੁੰਦਾ ਸੀ ਉਹਨਾਂ ਨੇ ਸੋ ਆਈ ਥਿੰਕ ਇੱਦਾਂ ਦਾ ਪੈਸ਼ਨੇਟ ਇੰਨੀ ਡੈਡੀਕੇਸ਼ਨ ਦਿਖਾਉਣੀ ਮੇਰੇ 'ਚ ਹਜੇ ਨਹੀਂ ਹੈਗੀ ਆਮ ਲਰਨਿੰਗ ਔਰ ਵਾਹਿਗੁਰੂ ਕਰੇ ਮੈਨੂੰ ਕੋਈ ਇੱਦਾਂ ਦਾ ਕੈਰੈਕਟਰ ਮਿਲੇ ਜਿਸ 'ਚ ਮੈਨੂੰ ਟਰਾਂਸਫੋਰਮੇਸ਼ਨ ਕਰਨ ਦਾ ਮੌਕਾ ਮਿਲੇ ਮੈਂ ਜੋ ਰੀਅਲ ਹੈਗੀ ਹਾਂ ਮੈਂ ਚਾਹੁੰਦੀ ਨਹੀਂ ਕਿ ਮੈਂ ਇੱਦਾਂ ਦੀ ਹੀ ਸਕਰੀਨ 'ਤੇ ਦਿਖਾ ਮੈਨੂੰ ਚਾਹੀਦਾ ਕਿ ਮੈਂ ਕੈਰੈਕਟਰ ਦਿਖਾਂ ਸੋ ਮੇਰੇ ਲਈ ਥੋੜ੍ਹਾ ਸੀਗਾ ਮੈਨੂੰ ਕਿ ਮੈਂ ਗੈਬੀ ਜੀ ਦੇ ਨਾਲ ਮਤਲਬ ਉਹ ਏਜ ਡਿਫਰੈਂਸ ਜਾਂ ਉਹ ਚੀਜ਼ਾਂ ਮੈਚ ਕਰਨਗੀਆਂ ਬਟ ਆਈ ਥਿੰਕ ਪਰਫੈਕਟ ਸਕਰੀਨ 'ਤੇ ਜਦੋਂ ਆਪਾਂ ਦੇਖਦੇ ਹਾਂ ਤਾਂ ਇੱਕ ਲੁੱਕ ਪਰਫੈਕਟ ਮੈਚ ਕਪਲ ਲੱਗਦਾ ਹੈ ਸੋ ਇਹ ਇੱਕ ਉਹ ਹੋ ਜਾਂਦਾ ਹੈ ਕਿ ਜੇ ਮੈਨੂੰ ਹੁਣ ਇਹ ਕਹਿ ਦੂੰਗੇ ਕਿ ਕੋਈ ਕਾਲਜ ਗੋਇੰਗ ਦਾ ਵੀ ਕਰਨਾ ਹੈ ਤਾਂ ਆਈ ਥਿੰਕ ਆਈ ਕੈਨ ਡੂ ਦੈਟ
ਸ਼ਰਨ ਤੁਹਾਡੀ ਕਿੰਨੇ ਦਿਨ ਤੁਹਾਨੂੰ ਕਿਹੜੀ ਚੀਜ਼ ਸ਼ਰਨ ਦੇ ਵਿੱਚ ਹੈਗੀ ਆ ਜਿਹੜੀ ਹਲੇ ਨਹੀਂ ਦਿਖਦੀ, ਜਿਹੜੀ ਸ਼ਰਨ ਵਿਖਾਉਣਾ ਚਾਹੁੰਦੀ ਆ ਵੀ ਯਾਰ ਮੈਂ ਇੱਦਾਂ ਦੀ ਹਾਂ ਪਰ ਮੈਂ ਇੱਦਾਂ ਦੀ ਨਹੀਂ ਹੋਣਾ ਚਾਹੁੰਦੀ ਕਿਸੇ ਵੀ ਕਰੈਕਟਰ ਨੂੰ ਲੈ ਕੇ? ਕਿੱਦਾਂ ਦੀ ਮਤਲਬ? ਜਿੱਦਾਂ ਦੇ ਨਾ ਇੱਕ ਹੁੰਦਾ ਵੀ ਯਾਰ ਮੈਂ ਬੜੀ ਸਾਊ ਜਿਹੀ ਕੁੜੀ ਹਾਂ, ਬੜੀ ਮੈਂ ਹੈ ਨਹੀਂ, ਮੈਂ ਕਦੋਂ ਕਿਹਾ ਮੈਂ ਸਾਊ ਹਾਂ? ਦਬੰਗ ਆ, ਆਪਣੇ ਹੱਕਾਂ ਲਈ ਲੜਨਾ ਜਾਣਦੀ ਆ, ਕਿਸੇ ਦੀ ਮੈਂ ਸੁਣਦੀ ਨਹੀਂ ਹੈ। ਸੁਣੋ ਸਭ ਦੀ, ਕਰੋ ਆਪਣੀ, ਕਿਉਂਕਿ ਲਾਈਫ ਤੁਹਾਡੀ ਹੈ, ਜੀਣਾ ਤੁਸੀਂ ਆ, ਸਭ ਚੀਜ਼ਾਂ ਤੁਸੀਂ ਕਰਨੀਆਂ ਹੈ, ਬਟ ਐਡਵਾਈਸ ਲੈਣੀ ਵੀ ਬਹੁਤ ਜ਼ਰੂਰੀ ਹੁੰਦੀ ਹੈ। ਸਮ ਟਾਈਮ ਪੋਜ਼ਿਟਿਵ ਲਓ ਚਾਹੇ ਨੈਗੇਟਿਵ ਲਓ, ਬਸ ਮਿਹਨਤ ਕਰਦੇ ਰਹੋ। ਇਮੋਸ਼ਨ ਸਾਰੇ ਹੁੰਦੇ ਨੇ, ਕੋਈ ਵਧੀਆ ਲੱਗੇ ਨਾ ਲੱਗੇ ਤਾਂ ਜੀਣਾ ਤਾਂ ਪੈਣਾ ਹੀ ਹੈ ਸਾਨੂੰ। ਸੋ ਯੈਸ, ਮੈਂ ਹਰ ਤਰ੍ਹਾਂ ਦਾ ਕੈਰੈਕਟਰ ਕਰਨਾ ਚਾਹੁੰਦੀ। ਮੈਨੂੰ ਲੱਗਦਾ ਹਜੇ ਮੈਨੂੰ 10-20% ਵੀ ਨਹੀਂ ਮੈਂ ਉਹ ਪਰਫੋਰਮ ਨਹੀਂ ਕਰ ਪਾਈ, ਅਤੇ ਸਾਡੀ ਪੰਜਾਬੀ ਔਡੀਅੰਸ ਔਰ ਸਾਡੀ ਪੰਜਾਬੀ ਇੰਡਸਟਰੀ, ਸਾਡੇ ਕਿੰਨੇ ਸਾਰੇ ਆਰਟਿਸਟ ਕਿੰਨਾ ਨਵਾਂ ਨਵਾਂ ਟਰਾਈ ਕਰ ਰਹੇ ਨੇ, ਔਰ ਆਈ ਥਿੰਕ ਉਹ ਸਾਡੇ ਲਈ ਬੜਾ ਈਜ਼ੀ ਹੋ ਜਾਂਦਾ ਆਪਣਾ ਹੋਰ ਐਕਸਪੈਰੀਮੈਂਟ ਕਰਨਾ। ਸੋ ਯੈਸ, ਮੈਂ ਰੈਡੀ ਹਾਂ ਅਤੇ ਆਪਣੀ ਔਡੀਅੰਸ ਨੂੰ ਇੰਟਰਟੇਨ ਕਰਾਂਗੀ। ਥੈਂਕ ਯੂ ਸੋ ਮਚ, ਅਤੇ ਅਸੀਂ ਬੈਸਟ ਵਿਸ਼ਸ। ਅੱਜ ਸੰਗਰਾਂਦ ਰਿਲੀਜ਼ ਹੋ ਚੁੱਕੀ ਹੈ, ਪਲੀਜ਼ ਤੁਸੀਂ ਜਾ ਕੇ ਆਪਣੀ ਫੈਮਿਲੀ ਫਰੈਂਡਸ ਨਾਲ ਪਲੀਜ਼ ਦੇਖ ਕੇ ਆਇਓ, ਵਧੀਆ ਮੂਵੀ ਹੈ, ਵਧੀਆ ਕੰਟੈਂਟ। ਮੇਰੇ ਯਾਦ ਆ ਗਿਆ, ਸੋ ਦੇਸੀ ਮਹੀਨਾ ਤੁਹਾਨੂੰ ਨਾਂ ਯਾਦ ਹੈ ਸੰਗਰਾਂਦ ਨੂੰ ਲੈ ਕੇ? ਦੇਸੀ ਉੱਦਾਂ ਮੈਂ ਯਾਦ ਕੀਤੇ ਆ, ਪੋ ਮਾਘ ਕੱਤਕ ਅੱਸੂ ਸੋਨ ਭਾਗੋ, ਹਾਂ 12 ਹੁੰਦੇ ਨਾ, ਸੋਨ ਭਾਦੋ ਪੋ ਮਾਘ ਅੱਸੂ ਕੱਤਨ ਫੱਗਣ ਚੇਤ ਹਾੜ ਵਿਸਾਖ, ਇਹ ਜੇਠ ਹਾੜ ਬੁੜਤਾ ਇੱਕ ਰਹਿ ਗਿਆ, ਹਾਂ ਹਾੜ ਹੋਣਾ ਸੋਣ ਵੀ ਬੋਲਤਾ, ਇੱਕ ਹੀ ਰਹਿ ਗਿਆ, ਕੋਈ ਨਾ ਉਹ ਸਾਡੀ ਆਡੀਅੰਸ ਦੱਸੂਗੀ, ਪਰ ਫਿਰ ਵੀ ਮੈਨੂੰ ਪਤਾ ਔਰ ਮੈਨੂੰ ਸੰਗਰਾਂਦ ਦਾ ਮਤਲਬ ਵੀ ਪਤਾ ਸੀ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਹੁਣ ਮੈਨੂੰ ਰਿਲੀਜ਼ ਹੋ ਚੁੱਕੀ ਹੈ ਜੀ ਸੰਗਰਾਂਦ, ਅਤੇ ਡਾਈਵੀਰਾ ਸਾਡੇ ਨਾਲ ਮੌਜੂਦ ਆ। ਫਿਲਮ ਬਹੁਤ ਕਮਾਲ ਦੀ ਆ, ਤੁਹਾਨੂੰ ਪਹਿਲਾਂ ਇਸ ਮੈਂ ਦੱਸ ਦੇਵਾਂ, ਪਰਿਵਾਰਕ ਕਹਾਣੀਆਂ ਸ਼ਰੀਕੇਬਾਜ਼ੀ ਨੂੰ ਬਿਆਨ ਕਰਦੀ ਫਿਲਮ ਆ ਕਿ ਅਸੀਂ ਸ਼ਰੀਕੇ ਕਰਕੇ ਕੀ ਕੁਝ ਖੋ ਬਹਿੰਦੇ ਹਾਂ। ਡਾਈਵੀਰੇ, ਮੈਨੂੰ ਤੁਹਾਡਾ ਕਰੈਕਟਰ ਬਹੁਤ ਕਮਾਲ ਦਾ ਲੱਗਿਆ, ਇੱਕ ਜਿੱਦਾਂ ਅੜਬ ਬਣਾਉਣੀ ਹੁੰਦਾ, ਇੱਕ ਸ਼ਰੀਕੇਬਾਜ਼ੀ ਹੁੰਦੀ, ਮੈਨੂੰ ਤੁਹਾਡੇ ਕਰੈਕਟਰ 'ਚ ਨਜ਼ਰ ਆਈ, ਤੁਸੀਂ ਕੀ ਕਹਿਣਾ ਚਾਹੋਗੇ ਆਪਣੇ ਕਰੈਕਟਰ ਨੂੰ ਲੈ ਕੇ ਇਸ ਫਿਲਮ ਨੂੰ ਲੈ ਕੇ? ਬਾਕੀ ਇਸ ਤਰ੍ਹਾਂ ਦੇ ਕਰੈਕਟਰ ਸਾਡੇ ਸਮਾਜ ਦੇ ਵਿੱਚ ਹੁੰਦੇ ਨੇ, ਆਪਾਂ ਚੰਗੀ ਤਰ੍ਹਾਂ ਉਹਨਾਂ ਬਾਰੇ ਦੇਖਿਆ ਵੀ ਹੈ, ਸੁਣਿਆ ਵੀ ਹੈ, ਬਜ਼ੁਰਗਾਂ ਤੋਂ ਵੀ ਸੁਣਿਆ ਕਿ ਇਸ ਤਰ੍ਹਾਂ ਦੀ ਸ਼ਰੀਕੇਬਾਜ਼ੀ ਚੱਲਦੀ ਰਹੀ ਹੈ ਆਪਣੇ ਸਮਾਜ ਦੇ ਵਿੱਚ, ਪਰ ਹੋਣੀ ਨਹੀਂ ਚਾਹੀਦੀ ਜੀ। ਬਹੁਤ ਜਿੱਦਾਂ ਨਹੀਂ ਅਸੀਂ ਪਾਲੀ ਬੈਠੇ ਹੁੰਦੇ ਨਾ ਵੀ ਆਪਦੇ ਘਰਾਂ ਨੂੰ ਲੈ ਕੇ ਵੀ ਯਾਰ ਮੇਰੇ ਚਾਚੇ ਨੇ ਤਰੱਕੀ ਕਰ ਲਈ, ਕਿਸੇ ਤਾਏ ਨੇ ਤਰੱਕੀ ਕਰ ਲਈ, ਫਲਾਣਾ ਮੈਂ ਤੋਂ ਮੂਹਰੇ ਨਿਕਲ ਗਿਆ, ਮੈਂ ਉਹਦੇ ਪਿੱਛੇ ਕਿਉਂ ਰਹਿ ਗਿਆ, ਇਹ ਜਿੱਦਾਂ ਕਰਕੇ ਅਸੀਂ ਕੀ ਕੁਝ ਖੋਵੇ ਨੇ। ਬਿਲਕੁਲ, ਕਾਸ਼ ਅਸੀਂ ਇਹ ਚੀਜ਼ਾਂ ਤੋਂ ਬਾਹਰ ਨਿਕਲੇ ਹੀ ਹੈ, ਅਤੇ ਬਹੁਤ ਵਧੀਆ। ਵੈਸੇ ਪਰਸਨਲੀ ਮੈਂ ਆਪਣੀ ਗੱਲ ਕਰਾਂ ਕਿ ਮੈਂ ਕਿਸੇ ਨਾਲ ਕੋਈ ਰੰਜਿਸ਼ ਰੱਖਦਾ ਨਹੀਂ ਹੈਗਾ, ਨਾ ਆਪਣੇ, ਮੈਨੂੰ ਲੱਗਦਾ ਨਹੀਂ ਵੀ ਕਿਸੇ ਨਾਲ ਨਾ ਦੁਸ਼ਮਣੀ ਹੈਗੀ ਨਾ ਮਨ 'ਚ, ਈਵਨ ਕਿ ਜੇ ਕੋਈ ਦੁਸ਼ਮਣ ਕੋਈ ਸੈਲਫ ਆਪਣੇ ਆਪ ਬਣਿਆ ਵੀ ਹੋਊਗਾ, ਮੇਰੀ ਉਹਦੇ ਲਈ ਵੀ ਦੁਆ ਹੁੰਦੀ ਹੈ ਕਿ ਬਾਬਾ ਜੀ ਚੜ੍ਹਦੀ ਕਲਾ 'ਚ ਰੱਖੀ ਬਾਈ, ਕੋਈ ਦੁੱਖ ਤਕਲੀਫ ਨਾ ਆਵੇ ਉਹਨੂੰ, ਕਾਹਤੇ ਰੱਖਣਾ, ਕਿਸ ਗੱਲ ਦਾ ਗਿਲਾ ਸ਼ਿਕਵਾ ਰੱਖਣਾ ਕਿਸੇ ਨਾਲ, ਸਭ ਨੇ ਆਪਣੀ ਆਪਣੀ ਕਿਸਮਤ ਦਾ ਖਾਣਾ, ਦੈਟਸ ਇਟ। ਕਰੈਕਟਰ ਨੂੰ ਲੈ ਕੇ ਆਪਣੇ ਨੂੰ ਕੀ ਕਹਿਣਾ ਚਾਹੁੰਗੇ ਜਾਂ ਕਿੰਨੀ ਇਸ ਕਰੈਕਟਰ ਲਈ ਤੁਸੀਂ ਮਿਹਨਤ ਕੀਤੀ ਜਾਂ ਕੀ ਕੁਝ ਰਿਹਾ, ਕਿਉਂਕਿ ਤੁਹਾਡਾ ਅਲੱਗ ਜਿਹਾ ਮੈਨੂੰ ਜੋਨਰ ਵੇਖਣ ਨੂੰ ਮਿਲਿਆ, ਇੱਕ ਅਲੱਗ ਜਿਹਾ ਤੁਹਾਡਾ ਰੋਬ ਜਿਹਾ ਬੜਕ ਜੀ। ਹਾਂ ਉਹ ਸੀਗਾ, ਉਹ ਕਿਰਦਾਰ ਹੀ ਇਸ ਤਰ੍ਹਾਂ ਦਾ ਲਿਖਿਆ ਹੋਇਆ ਸੀਗਾ, ਅਤੇ ਫਿਰ ਉਹਨੂੰ ਪੋਰਟਰੇ ਕਰਨ ਦਾ ਮਜ਼ਾ ਆ ਜਾਂਦਾ ਜਾਂ ਤੁਹਾਨੂੰ ਡਾਇਰੈਕਟਰ ਤੁਹਾਨੂੰ ਚੰਗੀ ਤਰ੍ਹਾਂ ਕਨਵਿੰਸ ਕਰ ਦਿੰਦਾ ਕਿ ਬਾਈ ਆਹ ਟੈਂਪਰਾਮੈਂਟ ਹੈ, ਇਸ ਤਰ੍ਹਾਂ ਦਾ ਮਾਹੌਲ ਹੈ। ਸੋ ਮੈਂ ਤਾਂ ਫੋਲੋ ਕਰਦਾ ਡਾਇਰੈਕਟ, ਹਮੇਸ਼ਾ ਡਾਇਰੈਕਟਰ ਨੂੰ ਮੈਂ ਉਹਦੇ ਸਾਹਮਣੇ ਸਮਰਪਿਤ ਹੋ ਜਾਂਦਾ ਕਿ ਭਰਾ ਕਰਾ ਲਾ। ਬੜੀਆਂ ਚੁਣਿੰਦੀਆਂ ਫਿਲਮਾਂ ਕਰਦੇ ਤੁਸੀਂ, ਬਹੁਤ ਕਮਾਲ ਦੇ ਐਕਟਰ ਹੋ, ਇਹ ਕੀ ਤੁਹਾਡੀ ਖਾਸ ਆ, ਕੀ ਇਹ ਮੂਡ ਹੁੰਦਾ ਵੀ ਨਹੀਂ ਯਾਰ ਇੱਦਾਂ ਦਾ ਕੰਸੈਪਟ ਕਰੀਏ ਇੱਦਾਂ ਦਾ ਕਰੀਏ? ਨਹੀਂ, ਇਸ ਤਰ੍ਹਾਂ ਮੈਂ ਚੂਜ਼ ਹੀ ਨਹੀਂ ਹੈਗਾ, ਕੰਮ ਜਿੰਨਾ ਕੁ ਆਉਂਦਾ ਮੈਂ ਉਹਦੇ 'ਚੋਂ ਜਿਹੜਾ ਵਧੀਆ ਕੰਮ ਜੋ ਆਪਣੀ ਕਿਸਮਤ ਦਾ ਹੁੰਦਾ ਉਨਾ ਕੁ ਆ ਜਾਂਦਾ, ਅਤੇ ਉਹ 'ਚੋਂ ਜਿਹੜੀ ਵਧੀਆ ਚੀਜ਼ ਹੁੰਦੀ ਆ ਉਹ ਮੈਂ ਕਹਿੰਦਾ ਆਪੀ ਬਾਬਾ ਝੋਲੀ ਪਾ ਦਿੰਦਾ, ਮੈਂ ਕੋਈ ਖਾਸ ਮਿਹਨਤ ਨਹੀਂ ਉਹਦੇ ਲਈ ਕਰਦਾ, ਅਤੇ ਮੋੜਦਾ ਨਹੀਂ ਪਰ ਮੈਂ ਕੰਮ ਨੂੰ ਇਸ ਤਰ੍ਹਾਂ ਕਿ ਹਾਂ ਯਾਰ ਮੈਂ ਤਾਂ ਜਵਾਬ ਦਿੱਤਾ ਨਹੀਂ ਜਾਂਦਾ ਹੈਗਾ, ਕਿਉਂਕਿ ਫਿਰ ਉਹੀ ਗੱਲ ਹੈ ਨਾ ਕਿ ਮਨ 'ਚ ਕੋਈ ਵੈਰ ਵਿਰੋਧ ਕੁਛ ਇਸ ਤਰ੍ਹਾਂ ਦਾ ਹੈ ਨਹੀਂ।
ਹੈ ਨਹੀਂ ਕੋਈ। ਮੈਨੂੰ ਸਾਹਮਣੇ ਨਹੀਂ ਲੱਗਦਾ ਯਾਰ ਵੀ ਯਾਰ ਜੇ ਮੈਂ ਜਾਵਾਂ ਐਜ਼ ਏ ਪ੍ਰੋਡਿਊਸਰ ਫਲਾਣੇ ਬੰਦੇ ਕੋਲ ਜੀ, ਇਹ ਮੈਨੂੰ ਕੀ ਜਾਂ ਇਹਦਾ ਮੈਨੂੰ ਕਿਹਾ ਜਿਹਾ ਜਿਹੜਾ ਜਵਾਬ ਹੋਊਗਾ ਮੈਨੂੰ ਚੁਬੇ ਨਾ। ਸੋ ਮੈਂ ਉਵੇਂ ਦਾ ਜਵਾਬ ਮੈਂ ਕਦੇ ਕਿਸੇ ਨੂੰ ਦਿੰਦਾ ਨਹੀਂ। ਕਿੱਦਾਂ ਮੈਨੇਜ ਕਰਦੇ ਹੋ, ਮਿਊਜ਼ਿਕ ਵੀ ਬਣਾਈ ਜਾਂਦੇ ਹੋ, ਫਿਲਮਾਂ ਦਾ ਵੀ ਚੱਲੀ ਜਾਂਦਾ, ਸਾਰਾ ਕੁਛ ਨੂੰ ਕਿੱਦਾਂ ਮੈਂਟੇਨ? ਉੱਪਰ ਵਾਲਾ ਆਪ ਹੀ ਕਰਾਉਂਦਾ ਬਾਈ, ਮੈਂ ਕੁਛ ਨਹੀਂ ਕਰਦਾ ਹੈਗਾ, ਸੱਚੀ ਕਹਿੰਦਾ। ਸੱਚੀ ਮੈਂ ਕੋਈ ਪਲੈਨਿੰਗ ਨਹੀਂ, ਕੁਛ ਨਹੀਂ ਹੈਗੀ। ਜਿਵੇਂ ਜਿਵੇਂ ਉਸੇ ਦੇਈ ਜਾਂਦਾ ਮੈਂ ਕਰੀ ਜਾਂਦਾ ਆਪਣੇ ਆਪ। ਤੁਹਾਨੂੰ ਵੈਸੇ ਵੀ ਝੋਲੀ ਪਾ ਆਉਂਦਾ ਅਤੇ ਕਰਵਾ ਵੀ ਲੈਂਦਾ। ਥੈਂਕ ਯੂ ਸੋ ਮਚ, ਥੈਂਕ ਯੂ ਵੀਰੇ। ਉਸ ਤੋਂ 22 ਤਰੀਕ ਆ ਅਤੇ ਫਿਲਮ ਨਾਲ ਰਿਲੀਜ਼ ਹੋ ਚੁੱਕਿਆ ਜੀ ਸੰਗਰਾਂਦ। ਫਿਲਮ ਅਸੀਂ ਵੇਖ ਕੇ ਆਏ ਹਾਂ, ਫਿਲਮ ਬਹੁਤ ਹੀ ਕਮਾਲ ਦੀ ਫਿਲਮ ਆ। ਫਿਲਮ ਦੀ ਐਕਟਿੰਗ ਦੇ ਪੱਖੋਂ ਗੱਲ ਕਰ ਲਈਏ, ਸਕ੍ਰਿਪਟ ਦੇ ਪੱਖੋਂ ਗੱਲ ਕਰ ਲਈਏ, ਡਾਇਰੈਕਸ਼ਨ ਦੇ ਪੱਖੋਂ ਗੱਲ ਕਰ ਲਈਏ, ਬਹੁਤ ਹੀ ਕਮਾਲ ਦੀ ਫਿਲਮ ਆ। ਅਤੇ ਜਦੋਂ ਇੱਦਾਂ ਦੀ ਕਮਾਲ ਦੀ ਫਿਲਮ ਬਣਾਈ ਜਾਂਦੀ ਹੈ ਤਾਂ ਸਭ ਤੋਂ ਵੱਡਾ ਯੋਗਦਾਨ ਹੁੰਦਾ ਫਿਲਮ ਦੇ ਪ੍ਰੋਡਿਊਸਰ ਦਾ, ਕਿਉਂਕਿ ਉਹਨਾਂ ਨੇ ਉਪਰਾਲਾ ਕਰਨਾ ਹੁੰਦਾ ਇੱਕ ਚੰਗੀ ਫਿਲਮ ਇਹਨੂੰ ਸਿਨੇਮਾ ਤੱਕ ਲੈ ਕੇ ਆਉਂਦਾ। ਸੋ ਵੀਪੀ ਸਿੰਘ ਸਾਡੇ ਨਾਲ ਮੌਜੂਦ ਨੇ ਭਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਬਹੁਤ ਵਧਾਈਆਂ ਦੇਵਾਂਗੇ ਕਿ ਸਾਡੇ ਸਿਨੇਮੇ ਨੂੰ ਇੱਕ ਚੰਗੀ ਫਿਲਮ ਤੁਸੀਂ ਦਿੱਤੀ ਸੰਗਰਾਂਦ ਦੇ ਜ਼ਰੀਏ। ਫਿਲਮ ਆਪਾਂ ਸਾਰੇ ਵੇਖ ਚੁੱਕੇ ਹਾਂ ਅਤੇ ਲੋਕਾਂ ਦੇ ਰਿਵਿਊ ਵੀ ਆਪਾਂ ਲੈ ਚੁੱਕੇ ਹਾਂ, ਸਾਰਿਆਂ ਦੀਆਂ ਦੁਆਵਾਂ ਵੀ ਮਿਲੀਆਂ ਨੇ ਅਤੇ ਸਾਰਿਆਂ ਨੇ ਬਹੁਤ ਤਾਰੀਫ ਕੀਤੀ ਹੈ ਫਿਲਮ ਦੀ। ਤੁਹਾਡੇ ਕੀ ਸ਼ਬਦ ਨੇ ਫਿਲਮ ਨੂੰ? ਫਿਲਮ ਬਹੁਤ ਅੱਛੀ ਬਣੀ ਹੈ ਜੀ, ਮੇਰੀ ਇਹ ਫਸਟ ਮੂਵੀ ਹੈ, ਬਟ ਅਸੀਂ ਮੂਵੀਜ਼ ਪੰਜਾਬੀ ਦੇਖਦੇ ਆ ਰਹੇ ਹਾਂ, ਇੱਦਾਂ ਦੀ ਮੂਵੀ ਅੱਜ ਤੱਕ ਮੈਂ ਨਹੀਂ ਦੇਖੀ। ਤੁਸੀਂ ਆਪ ਵੀ ਦੇਖਿਆ ਹੋਣਾ ਵੀ ਇਹਦੀ ਜਿਹੜੀ ਫਾਈਟ ਹੈ ਉਹਦੇ ਵਿੱਚ ਐਂ ਲੱਗਦਾ ਜਿਵੇਂ ਉਹ ਮਤਲਬ ਆਇਰਨ ਬਾਉਂਸ ਹੁੰਦਾ। ਅਤੇ ਸੋ ਸਾਰਿਆਂ ਨੇ ਸਾਡੇ ਜਿੰਨੇ ਸਾਡੇ ਸਟਾਰਸ ਸੀਗੇ ਉਹਨਾਂ ਨੇ ਦਿਲੋਂ ਮਿਹਨਤ ਕੀਤੀ ਹੈ ਅਤੇ ਇਸ ਪਿਕਚਰ ਦਾ ਕੰਟੈਂਟ ਬਹੁਤ ਅੱਛਾ ਸੀ। ਸਟੋਰੀ ਸੁਣ ਕੇ ਹੀ ਮੈਂ ਡਿਸਾਈਡ ਕੀਤਾ ਸੀ ਵੀ ਅਸੀਂ ਇਹ ਮੂਵੀ ਬਣਾਉਣੀ ਹੈ। ਅਤੇ ਮੂਵੀ ਐਕਚੁਅਲੀ ਜਦੋਂ ਅਸੀਂ ਇਹਦੀ ਸ਼ੂਟਿੰਗ ਦੇਖਦੇ ਹਾਂ ਤਾਂ ਉਦੋਂ ਸਮਝ ਨਹੀਂ ਆਉਂਦੀ ਵੀ ਮੂਵੀ ਕੀ ਹੈ। ਅੱਜ ਐਕਚੁਅਲੀ ਸਾਨੂੰ ਮੂਵੀ ਦੇਖ ਕੇ ਪਤਾ ਲੱਗਿਆ ਵੀ ਸਾਡੀ ਮੂਵੀ ਬਹੁਤ ਅੱਛੀ ਬਣੀ ਹੈ, ਇਹ ਪਬਲਿਕ ਵਿੱਚ ਬਹੁਤ ਅੱਛਾ ਮੈਸੇਜ ਆਏਗਾ ਇਹਦਾ, ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ। ਅਤੇ ਅਸੀਂ ਲੋਕਾਂ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਦੇਖੋ ਤਾਂ ਕਿ ਅਸੀਂ ਸੰਗਰਾਂਦ 2 ਜਲਦੀ ਲੈ ਕੇ ਆ ਸਕੀਏ। 2 ਦੀ ਵੀ ਤਿਆਰੀ ਹੈ, ਹੋ ਚੁੱਕਿਆ। ਅਸੀਂ ਇਹਨਾਂ ਜਦੋਂ ਫਿਲਮ ਇਹਦੇ ਸੀ ਕਰ ਰਹੇ ਸੀ ਯਾਰ, ਫਿਲਮ ਦੀ ਕੰਟੀਨਿਊਟੀ ਬਣੀ ਹੋਈ ਹੈ ਵੀ 2 ਜ਼ਰੂਰ ਅਨਾਊਂਸਮੈਂਟ ਹੋਏਗੀ ਅਤੇ ਆਪਾਂ ਕਹਿ ਸਕਦੇ 2 ਹੁਣ ਜ਼ਰੂਰ ਬਣੇਗੀ। ਜ਼ਰੂਰ ਬਣੇਗੀ ਜੀ, ਬਿਲਕੁਲ ਬਣਾਵਾਂਗੇ। ਕਦੋਂ ਜਦੋਂ ਤੁਹਾਡੇ ਕਹਾਣੀ ਤੁਹਾਡੇ ਤੱਕ ਆਈ ਤਾਂ ਤੁਹਾਡੇ ਕੀ ਸੀ ਜੈਂਸ ਇਸ ਫਿਲਮ ਨੂੰ ਲੈ ਕੇ, ਸਟਾਰਕਾਸਟ ਨੂੰ ਲੈ ਕੇ ਵੀ, ਗੈਵੀ ਹੋਰਾਂ ਨਾਲ, ਸ਼ਰਨ ਹੋਰਾਂ ਦੇ ਨਾਲ? ਐਕਚੁਅਲੀ ਜਦੋਂ ਮੈਂ ਸਟੋਰੀ ਸੁਣੀ ਨਾ ਜੀ ਤਾਂ ਸਟੋਰੀ ਮੈਨੂੰ ਬਹੁਤ ਅੱਛੀ ਲੱਗੀ। ਬਾਕੀ ਅਸੀਂ ਡਾਇਰੈਕਟਰ ਸਾਹਿਬ 'ਤੇ ਛੱਡਤਾ ਸੀ ਅਤੇ ਗੈਵੀ ਜੀ ਨੂੰ ਅਸੀਂ ਲੈਣਾ ਹੀ ਸੀਗਾ ਅਤੇ ਉਹਨਾਂ ਨੇ ਫਿਰ ਜੋ ਜਿਨ੍ਹਾਂ ਜਿਨ੍ਹਾਂ ਨੂੰ ਵੀ ਲਿਆ ਸਾਨੂੰ ਉਹ ਕੰਸਲਟ ਕਰਦੇ ਰਹੇ ਅਤੇ ਅਸੀਂ ਉਹਨਾਂ ਨੂੰ ਓਕੇ ਕਰਦੇ ਰਹੇ ਵੀ ਬਹੁਤ ਅੱਛਾ। ਬਾਕੀ ਇਸ ਮੂਵੀ ਦੇ ਵਿੱਚ 4 ਰੁੱਤਾਂ ਦਿਖਾਈਆਂ ਗਈਆਂ ਨੇ, ਉਹਦੇ ਵਾਸਤੇ ਆਮ ਮੂਵੀਜ਼ ਦੇ ਵਿੱਚ 1 ਕੈਮਰਾ ਲਿਆ ਜਾਂਦਾ, ਇਹ 4 ਰੁੱਤਾਂ ਵਾਸਤੇ ਰੀਚ ਕੈਮਰੇ ਲੈਣੇ ਪੈਂਦੇ ਨੇ। ਕਾਫੀ ਕੋਸਟਲੀ ਬਣੀ ਮੂਵੀ, ਬਟ ਸਾਨੂੰ ਬਹੁਤ ਖੁਸ਼ੀ ਹੈ ਵੀ ਸਾਡੀ ਮੂਵੀ ਬਹੁਤ ਅੱਛੀ ਬਣੀ। ਕਈ ਵਾਰੀ ਇੱਦਾਂ ਹੁੰਦਾ ਪ੍ਰੋਡਿਊਸਰ ਦੇ ਨਾਲ ਜਿਹੜੀ ਆਰਟਿਸਟ ਦੀ ਬੌਂਡਿੰਗ ਆ ਉਹ ਕਿਤੇ ਨਾ ਕਿਤੇ ਕਿੱਦਾਂ ਦੀ ਰਹਿੰਦੀ ਹੈਗੀ ਸਾਨੂੰ ਹੁੰਦਾ ਯਾਰ, ਤੁਹਾਡੀ ਬੌਂਡਿੰਗ ਕਿਹੋ ਜਿਹੀ ਰਹੀ ਗਈ ਵੀ ਹੋਰਾਂ ਨਾਲ, ਸ਼ਰਨ ਹੋਰਾਂ, ਪੂਰੀ ਤਮਾਮ ਟੀਮ ਦੇ ਨਾਲ? ਬਹੁਤ ਵਧੀਆ ਜੀ, ਵੀ ਆਰ ਲਾਈਕ ਆ ਫੈਮਿਲੀ। ਬੜੀ ਖੁਸ਼ੀ ਇਹਨਾਂ ਨਾਲ ਕੰਮ ਕਰਕੇ, ਸਾਨੂੰ ਬਹੁਤ ਚੰਗਾ ਲੱਗਿਆ। ਤੁਸੀਂ ਫਿਲਮ ਵੇਖ ਰਹੀ ਤਾਂ ਕੀ ਚੱਲਦਾ ਸੀਗਾ ਤੁਹਾਡੇ ਜਹਿਨ ਦੇ ਵਿੱਚ? ਮੈਨੂੰ ਬਹੁਤ ਅੱਛਾ, ਰਿਲੀਜ਼ ਹੋਣ ਤੋਂ ਪਹਿਲਾਂ ਡਾਊਟ ਹੁੰਦਾ ਵੀ ਪਤਾ ਨਹੀਂ ਕਿੱਦਾਂ ਦੀ ਬਣੀ ਹੈ, ਕਿਉਂਕਿ ਅਸੀਂ ਦੇਖੀ ਨਹੀਂ ਸੀ, ਸ਼ੂਟਿੰਗ ਹੀ ਦੇਖੀ ਸੀ। ਅਤੇ ਪਿਕਚਰ ਦੇਖ ਕੇ ਸਾਨੂੰ ਬਹੁਤ ਅੱਛਾ ਲੱਗਿਆ ਦਿਲ ਨੂੰ ਵੀ ਸਾਡੇ ਪੈਸੇ ਵਰਥ ਹੋਏ ਨੇ ਜੋ ਲਾਇਆ, ਬਹੁਤ ਵਧੀਆ ਬਣੀ। ਥੈਂਕ ਯੂ ਬਾਈ ਸੋ ਮਚ। ਪੋ ਮਾਘ ਸਾਉਣ ਜੇਠ, ਦੋਸਤੋ 4 ਰੁੱਤਾਂ ਨੂੰ ਬਿਆਨ ਕਰਦੀ ਹੋਈ ਫਿਲਮ ਆ ਸੰਗਰਾਂਦ। ਸੰਗਰਾਂਦ ਦਾ ਮੀਨਿੰਗ ਅਸੀਂ ਸਭ ਸਮਝਦੇ ਹਾਂ ਕਿ ਜਦੋਂ ਕਿਸੇ ਨਵੇਂ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ ਨਾ ਤਾਂ ਸੰਗਰਾਂਦ ਤੋਂ ਹੁੰਦੀ ਹੈ। ਸੰਗਰਾਂਦ ਦਾ ਦਿਹਾੜਾ ਸਾਡੇ ਲਈ ਬਹੁਤ ਖਾਸ ਹੁੰਦਾ, ਬਹੁਤ ਆਸਾਂ ਅਤੇ ਉਮੀਦਾਂ ਲੈ ਕੇ ਆਉਂਦਾ ਸੰਗਰਾਂਦ ਦਾ ਦਿਹਾੜਾ। ਸੋ ਇਹ ਕੁਝ ਨੂੰ ਬਿਆਨ ਕਰਦੀ ਹੈ ਫਿਲਮ ਸੰਗਰਾਂਦ ਜੀ। ਫਿਲਮ ਦੀਆਂ ਕੁਝ ਖਾਸ ਗੱਲਾਂ ਇਹ ਨੇ ਕਿ ਫਿਲਮ ਬਹੁਤ ਕਮਾਲ ਦੀ ਆ। ਫਿਲਮ ਦੇ ਵਿੱਚ ਇੱਕ ਸ਼ਰੀਕੇਬਾਜ਼ੀ ਨੂੰ ਵਿਖਾਇਆ ਗਿਆ ਕਿ ਕਿਸ ਤਰ੍ਹਾਂ ਅਸੀਂ ਸ਼ਰੀਕੇਬਾਜ਼ੀ ਕਰਕੇ ਆਪਣੇ ਆਪ ਨੂੰ ਤਬਾਹ ਕਰ ਲੈਂਦੇ ਹਾਂ, ਆਪਣੇ ਆਪ ਨੂੰ ਖਤਮ ਕਰ ਲੈਂਦੇ ਹਾਂ। ਉਹਦਾ ਅਸਰ ਆ ਜਿਹੜਾ
ਉਹ ਸਾਡੇ ਤੱਕ ਹੀ ਨਹੀਂ ਰਹਿੰਦਾ। ਸ਼ਰੀਕੇਬਾਜ਼ੀ ਦਾ ਅਸਰ ਆ ਜਿਹੜਾ ਉਹਦਾ ਜ਼ਹਿਰ ਆ ਨਾ ਜਿਹੜਾ ਉਹ ਪੀੜ੍ਹੀਆਂ ਤੱਕ ਚੱਲਦਾ ਰਹਿੰਦਾ। ਅਗਲੀ ਪੀੜ੍ਹੀ ਬਦਲਾ ਲੈਣ ਦੀ ਨੀਤੀ ਹੁੰਦੀ ਹੈ ਅਤੇ ਉਦੋਂ ਅਗਲੀ ਪੀੜ੍ਹੀ ਫਿਰ ਇਹ ਸੋਚਦੀ ਹੈ ਵੀ ਉਹ ਤੋਂ ਬਦਲਾ ਲਿਆ ਜਾਵੇ। ਤੋ ਇਹ ਜਿਹੜੀ ਬਦਲੀ ਨੀਤੀ ਹੈ ਸਾਡੀਆਂ ਪੀੜ੍ਹੀਆਂ ਨੂੰ ਤਬਾਹ ਕਰ ਦਿੰਦੀ ਹੈ, ਉਹ ਇਸ ਫਿਲਮ ਦੇ ਵਿੱਚ ਵਿਖਾਇਆ ਗਿਆ ਸੰਗਰਾਂਦ ਦੇ ਵਿੱਚ। ਕਹਾਣੀ ਬਹੁਤ ਕਮਾਲ ਦੀ ਬੁਣੀ ਗਈ ਆ ਅਤੇ ਕਰੈਕਟਰ ਬਹੁਤ ਕਮਾਲ ਦਾ ਕੀਤਾ ਗੈਵੀ ਬਾਈ ਹੋਰਾਂ ਨੇ। ਸੋ ਉਹਨਾਂ ਦੀ ਐਕਟਿੰਗ ਜ਼ਬਰਦਸਤ ਐਕਟਿੰਗ, ਉਹਨਾਂ ਦੇ ਤਿੰਨ ਕਰੈਕਟਰ ਤਿੰਨ ਸ਼ੇਡ ਨੇ ਇਸ ਫਿਲਮ ਦੇ ਵਿੱਚ, ਬਹੁਤ ਕਮਾਲ ਦੀ। ਬਹੁਤ ਲੱਗਦਾ ਕਿ ਹਰ ਕਰੈਕਟਰ 'ਤੇ ਬਹੁਤ ਮਿਹਨਤ ਕੀਤੀ ਗਈ ਹੈ ਉਹਨਾਂ ਨੇ। ਉੱਥੇ ਹੀ ਸ਼ਰਨ ਕੌਰ ਹੋਰਾਂ ਨੇ ਬਹੁਤ ਕਮਾਲ ਦੀ ਆਪਣੀ ਅਦਾਕਾਰੀ ਇਸ ਫਿਲਮ ਦੇ ਵਿੱਚ ਕੀਤੀ ਹੈਗੀ ਅਤੇ ਉਹਨਾਂ ਦੀ ਆਪਾਂ ਲੁੱਕ ਤੋਂ ਤੁਸੀਂ ਵੇਖ ਸਕਦੇ ਹੋ ਕਿ ਬਹੁਤ ਕਮਾਲ ਦੀ ਇਸ ਫਿਲਮ ਦੇ ਵਿੱਚ ਲੁੱਕ ਵਿਖਾਈ ਗਈ ਹੈਗੀ। ਅਤੇ ਦੋਸਤੋ ਫਿਲਮ ਦੇ ਰਾਈਟਰ ਅਤੇ ਡਾਇਰੈਕਟਰ ਉਹਨਾਂ ਨੇ ਜੋ ਫਿਲਮ ਦਾ ਤਾਣਾ ਬਾਣਾ ਬਣਿਆ, ਬਹੁਤ ਹੀ ਕਮਾਲ ਦੀ ਸਕ੍ਰਿਪਟ ਆ ਫਿਲਮ ਦੀ ਅਤੇ ਡਾਇਰੈਕਸ਼ਨ ਹੋਰ ਵੀ ਕਮਾਲ ਦੀ ਆ। ਇੰਦਰ ਬਾਈ ਹੋਰਾਂ ਨੇ ਇਸ ਕਹਾਣੀ ਨੂੰ ਲਿਖਿਆ ਅਤੇ ਉਹਨਾਂ ਨੇ ਡਾਇਰੈਕਟ ਕੀਤਾ। ਸੋ ਇੱਕ ਚੰਗੇ ਸਿਨੇਮੇ ਦੀ ਸ਼ੁਰੂਆਤ ਜਿਹੜੀ ਆਪਾਂ ਜ਼ਰੂਰ ਕਹਾਂਗੇ ਇੱਕ ਸੰਗਰਾਂਦ ਤੋਂ ਹੋਈ ਆ। ਚੰਗਾ ਸਿਨੇਮਾ, ਚੰਗਾ ਕੰਸੈਪਟ ਆ। ਤੁਸੀਂ ਵੀ ਸਾਨੂੰ ਜ਼ਰੂਰ ਵੇਖੋ, ਆਪਣੇ ਰਿਵਿਊ ਸਾਨੂੰ ਦਿਓ ਕਿ ਤੁਹਾਨੂੰ ਫਿਲਮ ਕਿਹੋ ਜਿਹੀ ਲੱਗੀ ਸੰਗਰਾਂਦ।